बिस्मिल्लाहिर्रहमानिर्रहीम, अस्सलाम वालेकुम। सुफियान गिल जी ट्रैक्टर पॉइंट यूट्यूब चैनल तो जी अज अपने नाल बाई होनी मौजूद है जी। अपने वीर भी आ, भरा भी आ बड़े जी। तो बाई होनी रूटर मार रहा है जी, आ कह लो कि कोई किला खंड पूरा ही है जी। तो कारकर्दगी आप तुहानू चैक कराते हैं किहो जिही है जी। तो बाई होना ने दो मिनट रोकिया वा, तो गल्लां बातां कोई चार करते इन्हां दे नाल। तो रूटर जिहड़ा वा वह भी पिछे नवा वा जी, ट्रैक्टर MF 135 आ। मॉडल किहड़ा वा इन्हां दे कोलों पुछदे आ, रूटर कदों लिया वह भी इन्हां दे कोलों पुछदे आ। अस्सलाम वालेकुम भाई बाऊ। वालेकुम अस्सलाम जी भाई बाऊ, थोड़ा जिहा उच्ची बोलना। अच्छा भाई बाऊ, अपने कोल MF 135 मैसी फरगोसन है, ये किहड़ा मॉडल आ? ये 76 मॉडल है जी। 76 मॉडल, अच्छा। 2014 ਦਾ ਇਹਨੂੰ ਨੰਬਰ ਲੱਗਾ ਆ। 2014 ਦਾ ਇਹਨੂੰ ਨੰਬਰ ਲੱਗਾ। ਇਹਦੀ ਲੇਟ ਹੋਣ ਦੀ ਵਜ੍ਹਾ ਨੰਬਰ ਦੀ? ਉਹ ਨੰਬਰ ਦੀ ਇਹ ਅਕਸਾਈ ਦੇ ਵਿੱਚ DCO ਨਸੀਮ ਸਾਦਕ ਆਇਆ ਸੀਗਾ। ਅੱਛਾ। ਉਦੋਂ ਨੇ ਪੁਰਾਣੀਆਂ ਸੀਰੀਅਲਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਸੀਗੀਆਂ। ਅੱਛਾ ਅੱਛਾ ਅੱਛਾ। ਉਹ ਸੀਰੀਅਲ ਦੇ ਵਿੱਚ ਆਇਆ ਸੀਗਾ ਤੇ ਉਹਦਾ ਕਰਕੇ ਫਿਰ ਅਸੀਂ ਉਹ TO ਫਾਰਮ ਲਾਇਆ। ਅੱਛਾ। ਲਾ ਕੇ ਤੇ ਇਹਨੂੰ ਆਪਣੇ ਨਾਮ ਤੇ ਨਾਲੇ ਕਨਵਰਟ ਹੋ ਗਿਆ ਤੇ ਨਾਲੇ ਇਹਨੂੰ ਨੰਬਰ ਇਸ਼ੂ ਹੋ ਗਿਆ। ਠੀਕ ਹੋ ਗਿਆ ਸੀ। ਇਹਨਾਂ ਇਸਾਂ ਦਾ ਨੰਬਰ ਲੱਗਾ, ਕੰਪਿਊਟਰ ਆਈ ਇਹਦੀ ਕਾਪੀ ਆ, ਕੰਪਿਊਟਰ ਇਹਦੀ ਨੰਬਰ ਪਲੇਟ ਆ। ਠੀਕ ਹੋ ਗਿਆ, ਵਧੀਆ ਹੋ ਗਿਆ। ਵਾਲਾ ਸਾਹਿਬ ਦੇ ਨਾਮ ਆ। ਠੀਕ ਹੋ ਗਿਆ ਜੀ। ਅੱਛਾ ਤੇ ਇਹ ਆਪਣਾ ਮਲਕ ਸਾਹਿਬ ਕਿੰਨੀ ਕਿ ਦੇਰ ਹੋ ਗਈ ਤੁਹਾਡੇ ਕੋਲ ਚੱਲਦੇ ਇਹਨੂੰ? ਸਾਨੂੰ ਤਕਰੀਬਨ ਹੋ ਹੀ ਗਿਆ ਕੋ 26-27 ਸਾਲ ਹੋ ਗਏ ਸਾਡੇ ਕੋਲ ਇਸ ਟਰੈਕਟਰ ਨੂੰ। ਠੀਕ ਹੋ ਗਿਆ। ਮੇਰੇ ਮਾਮੇ ਕੋਲ ਸੀਗਾ। ਅੱਛਾ। 13-14 ਸਾਲ ਹੋਨੇ ਵਾਇਆ। ਅੱਛਾ। 14-15 ਸਾਲ ਹੀ ਸਾਡੇ ਕੋਲ ਹੋ ਗਏ ਇਹਨੂੰ। ਅੱਛਾ, 14-15 ਸਾਲ ਤੁਹਾਡੇ ਕੋਲ ਹੋ ਗਏ। ਇਹਦੇ ਨਾਲ ਤੁਸੀਂ ਕਿੰਨੇ ਏਕੜ ਦਾ ਜ਼ਿਮੀਦਾਰਾ ਕਰਦੇ ਆ? ਇਹ ਤਕਰੀਬਨ ਹੈ ਜੀ ਅੱਧਾ ਕੁ ਮਰੱਬਾ ਲਿਆ ਹੋਇਆ ਠੇਕੇ ਤੇ ਮੈਂ। ਅੱਛਾ। ਰੂਟਰ ਕਰ ਰਿਹਾ ਆ। ਅੱਛਾ, ਅੱਧਾ ਮਰੱਬਾ ਠੇਕੇ ਤੇ ਲਿਆ ਜਿਹੜਾ ਰੂਟਰ ਕਰ ਰਹੇ ਹੋ ਤੁਸੀਂ ਜੀ। ਬਾਈ ਆ ਜਗ੍ਹਾ ਜਿਹੜੀ ਆ ਬਾਈ ਹੁਣਾਂ ਨੇ ਨਾ ਰੂਟ ਠੇਕੇ ਤੇ ਲਿਆ ਰਕਬਾ ਜੀ, ਤੇ ਇਹ ਆਪਾਂ ਸੋ ਗੱਲਾਂ ਬਾਤਾਂ ਬਾਅਦ ਤੁਹਾਨੂੰ ਦੱਸਦੇ ਆ ਜੀ। ਅੱਛਾ, ਤੇ ਫਿਰ ਜੀ ਅੱਧਾ ਕੁ ਮਰੱਬਾ ਆਪਣਾ ਆ ਜ਼ਿਮੀਦਾਰਾ ਕਰਦੇ ਆ। ਅੱਛਾ, ਅੱਧਾ ਕੁ ਮਰੱਬਾ ਆਪਣਾ ਜ਼ਿਮੀਦਾਰਾ। ਠੀਕ ਹੋ ਗਿਆ। ਇਸੇ ਟਰੈਕਟਰ ਨਾਲ ਹੀ ਸਾਰਾ ਜੀ? ਇਸੇ ਟਰੈਕਟਰ ਨਾਲ ਹੀ ਹਰ ਕੰਮ ਇਹਦੇ ਨਾਲ ਕਰੀਦਾ। ਅੱਛਾ, ਯਾਨੀ ਕਿ ਰੂਟਰ ਤੋਂ ਲੈ ਕੇ ਫਾਲੇ ਕਰਾ ਰੇਜਰ ਤੱਕ ਇਹਦੇ ਨਾਲ ਹੀ ਆ ਜੀ ਟਰਾਲੀ ਦਾ ਕੰਮ ਵੀ। ਥਰੈਸ਼ਰ ਵੀ ਇਹਦੇ ਨਾਲ ਚਲਾਈਦੀ ਆ। ਅੱਛਾ। ਇਹਦੇ ਨਾਲ ਪੰਜ ਹਾਲ ਉਹ ਵੀ ਚਲਾਈਦਾ ਆ। ਪੰਜ ਹਾਲ ਪੰਜ ਫਾਲਾ ਵੀ ਇਹਦੇ ਨਾਲ ਹੀ ਚਲਾਉਂਦੇ ਆ ਜੀ? ਇਹਦੇ ਨਾਲ ਚਾਹੁੰਦੇ ਆਪਣੇ ਪੰਜ ਫਾਲਾ ਬਣਾਇਆ। ਅੱਛਾ ਅੱਛਾ, ਤੇ ਆ ਜਿਹੜਾ ਰੂਟਰ ਇਹ ਕਿੱਥੇ ਦਾ ਬਣਿਆ ਹੋਇਆ ਆ ਆਪਣੇ ਕੋਲ ਜਿਹੜਾ ਜੀ? ਇਹ ਫੈਸਲਾਬਾਦ ਤੋਂ ਲਿਆਂਦਾ, 3 ਸਾਲ ਹੋ ਗਏ ਲਿਆਂਦੇ ਨੂੰ। ਫੈਸਲਾਬਾਦ ਦਾ ਰੂਟਰ ਬਣਿਆ ਹੈ, ਕਿਹੜੀ ਕੰਪਨੀ ਦਾ, ਕਿਹੜੀ ਇੰਡਸਟਰੀ ਫਰਮ ਦਾ ਹੈ? ਇਹ ਬਸ਼ੀਰ ਵਾਲਿਆਂ ਦੀ ਕੰਪਨੀ ਆ ਜੀ। ਬਸ਼ੀਰ ਵਾਲਿਆਂ ਦਾ, ਤੇ ਉਦੋਂ ਕਿੰਨੇ 'ਚ ਮਿਲਿਆ ਸੀ ਤੁਹਾਨੂੰ ਰੂਟਰ? ਇਹ ਉਦੋਂ ਸਾਨੂੰ 1,60,000 ਰੁਪਏ 'ਚ ਲਿਆਇਆ ਸੀ, 42 ਕਟਰ ਦਾ ਰੂਟਰ ਆ। 1,60,000 ਰੁਪਈਏ ਦੇ ਵਿੱਚ ਜੀ ਇਹ ਭਾਈ ਹੁਣੀ ਰੂਟਰ ਲੈ ਕੇ ਆਇਆ, ਬਾਈ ਹੁਣੀ ਜੀ ਮਲਕ ਸਾਹਿਬ ਹੁਣੀ ਲੈ ਕੇ ਆ ਜੀ। 1,60,000 ਰੁਪਈਏ, 42 ਕਟਰ ਬਲੇਡ ਆ ਜੀ, ਤੇ ਬਲੇਡ ਚੇਂਜ ਵੀ ਕੀਤੇ ਕਿ ਉਹੀ ਆ ਜੀ? ਨਹੀਂ, ਆ ਪਹਿਲੀ ਵਾਰੀ ਚੇਂਜ ਕੀਤੇ ਆ ਹੁਣ। ਪਹਿਲੀ ਵਾਰੀ ਜਦੋਂ ਦੇ ਲਿਆਂਦੇ ਪਹਿਲੀ ਵਾਰੀ ਚੇਂਜ ਕੀਤੇ, ਹੁਣ ਤੇ ਬਹੁਤ ਮਹਿੰਗਾ ਮਿਲਦਾ ਹੋਣਾ ਰੂਟਰ। ਹੁਣ ਜੀ ਆ ਤੇਰਾ ਟੈਲੀਫੋਨ ਕੀਤਾ ਸੀਗਾ, ਕਹਿੰਦੇ ਜੀ 3,45,000 ਰੁਪਈਆ ਕੀਮਤ ਆ ਜੀ 42 ਕਟਰ ਦੀ। 42 ਕਟਰ ਦੀ। ਠੀਕ ਹੋ ਗਿਆ। ਅੱਛਾ, ਤੇ ਬਾਈ ਤੁਸੀਂ 385 ਦਾ ਵੀ ਮਾੜਾ ਚੰਗਾ ਚਸਕਾ ਲਿਆ ਵਾ, ਤੇ 85 ਜ਼ਿਮੀਦਾਰੇ ਦੇ ਹਿਸਾਬ ਨਾਲ ਕਿਹੋ ਜਿਹਾ ਟਰੈਕਟਰ ਆ? ਉਹ 85 ਜਿਹੜਾ ਜੀ ਉਹ ਤਾਂ ਨਿਰਾ ਤੇਲ ਦਾ ਖਾਓ ਆ। ਤੇਲ ਦਾ ਖਾਓ, ਜੈਨੂਇਨ ਗੱਲ ਕਹਿ ਦਿੱਤੀ ਆ ਜਿਹੜੀ, ਮਤਲਬ ਨਾ ਜ਼ਿਮੀਦਾਰਾਂ ਦੇ ਹੱਕ ਵਾਲੀ ਗੱਲ ਕਹਿ ਦਿੱਤੀ ਆ ਵੀ ਤੇਲ ਦਾ ਖਾਓ ਆ। ਯਾਰ ਦੋਸਤ ਸੀਗੇ ਉਹਨਾਂ ਕੋਲ, ਮੈਂ ਲਿਆਉਂਦਾ ਹੁੰਦਾ ਸੀ 85 ਰੂਟਾ ਮਾਰਨ। ਅੱਛਾ। ਉਹ ਤਕਰੀਬਨ 11-12 ਲੀਟਰ ਖਾਂਦਾ ਜੀ ਕਿੱਲੇ ਦਾ। ਕਿੱਲੇ ਦਾ 11-12 ਲੀਟਰ ਪਹਿਲੇ ਲੋ ਗੇਅਰ 'ਚ? ਨਹੀਂ, ਦੂਜੇ 'ਚ। ਦੂਜੇ 'ਚ ਵੀ? ਫਿਰ ਤਾਂ ਬਹੁਤ ਜ਼ਿਆਦਾ ਕਰਦਾ। ਅੱਛਾ ਬਾਈ, ਆਪਾਂ ਨੂੰ ਹੁਣ ਤੁਸੀਂ ਇਹਦੀ ਪਰਫਾਰਮੈਂਸ ਚੈੱਕ ਕਰਾਉਣੀ ਆ, ਅਤੇ ਪਹਿਲੇ ਲੋਜ ਵੀ ਚੈੱਕ ਕਰਾਉਣੀ ਆ, ਦੂਜੇ ਲੋਜ ਵੀ ਚੈੱਕ ਕਰਾਉਣੀ, ਕਿਹੋ ਜਿਹੀ ਇਹਦੀ ਪਰਫਾਰਮੈਂਸ ਆ ਜੀ ਬਾਈ? ਆਪਾਂ ਤੁਹਾਨੂੰ ਟਰੈਕਟਰ ਨਜ਼ਦੀਕ ਤੋਂ ਦਿਖਾ ਦਿੰਦੇ ਹਾਂ ਤੁਹਾਡੇ ਸਾਹਮਣੇ ਆ, ਅਤੇ ਕਾਰਗਰਦਗੀ ਜਿਹੜੀ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿਹੋ ਜਿਹੀ ਆ। ਇੱਕ ਵਾਰੀ ਰੂਟਰ ਦੇ ਬਲੇਡ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਦੇ ਹਾਂ, ਇਹ ਤੁਸੀਂ ਚੈੱਕ ਕਰ ਸਕਦੇ, ਬਿਲਕੁਲ 0 ਮੀਟਰ ਬਲੇਡ ਆ, ਹਜੇ ਛੁਰੀਆਂ ਦੇ ਮੂੰਹ ਬਣੇ ਆ ਜੀ ਫਾਲਿਆਂ ਦੇ, ਹਜੇ ਮੂੰਹ ਕਹਿ ਲਓ ਕਿ ਇਹਦੇ ਨਾਲ ਮਾਰੇ ਆ। ਟੋਟਲ 3 ਕਿੱਲੇ ਰੂਟਰ ਹਜੇ ਕਿੰਨਾ ਕਤਰਾਈ ਕੀਤੀ? ਠੀਕ ਹੋ ਗਏ, ਕਿੱਲੇ ਚ ਵਾੜਿਆ। ਅੱਛਾ, ਕਿੰਨੇ ਹੀ ਰੇਸ ਤੇ ਤੁਸੀਂ ਚਲਾਉਂਗਾ, ਕਿੰਨੇ 100 RPM ਤੇ? ਯਾਰ ਇਹਦਾ ਮੀਟਰ ਮੋਟਰ ਤੇ ਚੱਲਦਾ ਨਹੀਂ ਅੰਦਾਜ਼ਨ, ਕੋ 12-1300 ਤੇ ਜਾਂ 1500 ਤੇ? ਇਹਨਾਂ ਤੇ ਕਿਰਿਆ 1500 ਤੇ। 1500 ਤੇ, ਠੀਕ ਹੋ ਗਿਆ। ਚਲੋ ਜੀ ਚਲਾਓ, ਪਹਿਲੇ ਲੋਹ ਦੇ ਵਿੱਚ ਇੱਕ ਫੇਰਾ ਚੈੱਕ ਕਰਾਉਣਾ ਜੀ, ਫਿਰ ਮੁੜ ਕੇ ਦੂਜੇ ਲੋਹ ਚੈੱਕ ਕਰਾਉਣਾ ਜੀ, ਆਪਾਂ ਤੁਹਾਨੂੰ ਚੈੱਕ ਕਰਵਾਉਂਦੇ ਜੀ ਇਹਦੀ ਕਿਹੋ ਜਿਹੀ ਕਾਰਗਰਦਗੀ ਆ ਜੀ। ਮੱਕੀ ਦਾ ਵੱਢ ਸੀਗਾ, ਜਿਸ ਮੱਕੀ ਦੇ ਵੱਢ ਦੇ ਵਿੱਚ ਜੀ ਇਹ ਰੂਟਰ ਕਰ ਰਿਹਾ, ਪੂਰਾ 1 ਏਕੜ ਆ ਜੀ, ਅਤੇ ਕੋਈ ਕਨਾਲ ਖੰਡ ਥਾਂ ਘੱਟ ਹੋਏਗਾ, ਕਨਾਲਾਂ 1 ਕਨਾਲ ਜਾਂ 2 ਕਨਾਲ ਜੀ, ਅਤੇ ਕਿੱਲੇ ਦੇ ਲਾਗੇ ਛਾਗੇ ਥਾਂ ਆ ਜੀ ਇਹ।
जिद मक्की लाई सी जी। पहले गेर ते सामने है जी, स्मोक भी छड़ रहा वा। बिल्कुल लैवल दे विच है जी, किसी किस्म का उच्चा नीवा रूटर कोई नहीं हैगा जी। बाई हुणी अपना ही काम कर रहा है, तो कमर्शियल का काम नहीं हैगा जी। तो चलो कि तुहाडे दिखाउण बदले जी पहले लो दे विच किहा जी इन्हां नूं चला दो, तो बेसिकली मेरा ख्याल है दूजे लो जी मान दे सी रूटर जी। तुसीं देख सकते हैं जी पे रूटर की कतराई किहो जिही है जी, मक्की दे वड दे विच थां किहो जिहा बन रहा जी, मिट्टी किन्नी बरीक आ जी। पहले लोह दे विच जी रूटर की कह लो कि जान ट्रैक्टर की जान निकल रही है जी। पहले लोह दे विच बहुत ज़्यादा जी काम खराब होने दिया नज़र आने दिया जी। खैर भाई होना कहें दूजे लोह दे विच करो जी, भाई जी दूजा लोह दूजा। हल्की हल्की स्मोक छड़ रहा जी दूजे दे विच भी। बेसिकली रूटर जिहड़ा हुंदा जी वह पहले दे विच ही है, वो दूजे च भी चलांदे आ। मकई का बड वा जी, खेड़ा जड़िया ताडे सामने खुश्क हुई वा, बत्तर भी है थोड़ा थोड़ा थां कह लो गए। नज़ारा पूरा बज रहा जी, वीडियो थोड़ी जी लम्मी है जी, लाजमी देखियो पूरी जी। जो भी है तुहाडे सामने ट्रैक्टर कर रहा जी, दूजे लोह दे विच भी कह लो कि ना गल नहीं बनी। खैर पहले लोह जी सही रहेगा ट्रैक्टर जी। सो दोस्तों अगर वीडियो तुहानू चंगी लगी हो MFX 135 की पिछे 42 कटर रूटर जिहड़ा जी बशीर वालियां दा बनया, अगर इहदी तुहानू कोई परफॉर्मेंस अच्छी लगी होवे ते लाजमी जी चैनल नू जी सबसक्राइब करियो जी, वीडियो नू लाजमी शेयर करियो, लाइक करियो ते बैल आइकन नू लाजमी ऑन कर लिया करो जी। कोई भी वीडियो मैं अपलोड कराँ उहदा नोटिफिकेशन तुहानू मिलदा रहे आसानी नाल जी। ओके अल्लाह हाफिज़, थैंक यू फॉर वॉच ट्रैक्टर पॉइंट।